ਦੇ ਅਧਿਕਾਰੀਆਂ ਨਾਲ ਇੱਕ ਦੁਕਾਨਦਾਰ ਉਲਝ ਗਿਆ ਤੇ ਦੋਵੇਂ ਧਿਰਾਂ ਵਿਚਕਾਰ ਜੰਮ ਕੇ ਹੱਥੋਂ ਪਾਈ ਹੋਈ। ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀ ਦੁਕਾਨ ਦੇ ਵਿੱਚ ਵੜਦੇ ਨੇ, ਚੈਕਿੰਗ ਕਰਦੇ ਨੇ ਤੇ ਇਸ ਦੌਰਾਨ ਦੋਵੇਂ ਧਿਰਾਂ ਦੇ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਦੀ ਵੀਡੀਓ ਬਣਾਈ ਜਾਂਦੀ ਹੈ, ਪਰ ਅਚਾਨਕ ਹੀ ਦੁਕਾਨਦਾਰ ਦਾ ਪਾਰਾ ਚੜ ਜਾਂਦਾ ਤੇ ਉਹ ਅਧਿਕਾਰੀ ਦਾ ਫੋਨ ਖੋਲ ਲੈਂਦਾ ਤੇ ਜਿਸ ਕਾਰਨ ਅਧਿਕਾਰੀ ਵੀ ਗੁੱਸੇ 'ਚ ਆ ਕੇ ਦੁਕਾਨਦਾਰ ਤੇ ਹਮਲਾ ਕਰ ਦਿੰਦਾ ਹੈ, ਜਿਸ ਕਾਰਨ ਮਾਮਲਾ ਵੱਧ ਜਾਂਦਾ ਤੇ ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਹੋ ਜਾਂਦੀ ਹੈ। ਇਹ ਸਾਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਜਾਣਕਾਰੀ ਮੁਤਾਬਿਕ ਸਿਹਤ ਵਿਭਾਗ ਦੇ ਅਧਿਕਾਰੀ ਕੋਪਤਾ ਐਕਟ ਦੇ ਅਧੀਨ ਚਲਾਨ ਕਰਨ ਆਏ ਸੀ। ਇਹ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਗੁਨਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਦੁਕਾਨ ਦੇ ਵਿੱਚ ਆਉਂਦੇ ਨੇ, ਚੈਕਿੰਗ ਕਰਦੇ ਨੇ ਤੇ ਜਦੋਂ ਉਹ ਚੈਕਿੰਗ ਕਰ ਰਹੇ ਹੁੰਦੇ ਨੇ ਤਾਂ ਦੁਕਾਨ ਦੇ ਅੰਦਰ ਉਹਨਾਂ ਨੂੰ ਸਿਗਰਟ ਬੀੜੀ ਦੇ ਬੰਡਲ ਮਿਲਦੇ ਨੇ, ਜਿਸ ਕਾਰਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨਦਾਰ ਨੂੰ ਚਲਾਨ ਕੱਟਣ ਲਈ ਕਿਹਾ ਤਾਂ ਇਸ ਦੌਰਾਨ ਦੁਕਾਨਦਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵਿੱਚ ਹੱਥੋਂ ਪਾਈ ਹੋ ਜਾਂਦੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਉਹਨਾਂ ਤੇ ਚਲਾਨ ਸੰਬੰਧੀ ਹਮਲਾ ਕੀਤਾ, ਜਦਕਿ ਦੁਕਾਨਦਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਸਿਹਤ ਵਿਭਾਗ ਦੇ ਅਧਿਕਾਰੀ ਨਾ ਤਾਂ ਸਰਕਾਰੀ ਗੱਡੀ 'ਚ ਆਏ ਤੇ ਨਾ ਹੀ ਕਿਸੇ ਮੋਟਰਸਾਈਕਲ ਤੇ। ਸਾਫ ਸ਼ਬਦਾਂ ਦੇ ਵਿੱਚ ਦੁਕਾਨਦਾਰ ਦਾ ਕਹਿਣਾ ਸੀ ਕਿ ਇਹ ਅਧਿਕਾਰੀ ਫੇਕ ਸਨ ਅਤੇ ਜਦੋਂ ਦੁਕਾਨਦਾਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਹਨਾਂ ਨੇ ਆਪਣਾ ਪਹਿਚਾਣ ਪੱਤਰ ਵੀ ਨਹੀਂ ਦਿਖਾਇਆ, ਜਿਸ ਕਾਰਨ ਦੁਕਾਨਦਾਰ ਨੂੰ ਸ਼ੱਕ ਹੋ ਗਿਆ ਕਿ ਇਹ ਸਰਕਾਰੀ ਅਧਿਕਾਰੀ ਨਹੀਂ ਹੋ ਸਕਦੇ, ਜਿਸ ਕਾਰਨ ਉਸਨੇ ਅਧਿਕਾਰੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਵੀ ਮੋਬਾਈਲ ਦੇ ਵਿੱਚ ਉਸਦੀ ਵੀਡੀਓ ਬਣਾਈ, ਜਿਸ ਤੋਂ ਬਾਅਦ ਮਾਮਲਾ ਵੱਧ ਗਿਆ ਤੇ ਇੱਕ ਦੂਜੇ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਹੁਣ ਦੁਕਾਨਦਾਰ ਨੇ ਇਨਸਾਫ ਦੀ ਗੁਹਾਰ ਲਗਾਈ ਆ। ਉਧਰ ਥਾਣਾ ਸਿਟੀ ਦੇ SHO ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੁਕਾਨ ਤੇ 4 ਬੰਦੇ ਆਏ ਸੀਗੇ ਤੇ ਉਹਨਾਂ ਦੇ ਕੋਈ ID ਕਾਰਡ ਕੋਈ ਪ੍ਰੂਫ ਹੈ ਨਹੀਂ ਸੀ ਉਹਨਾਂ ਦੇ ਕੋਲੇ, ਤੇ ਉਹ ਕਹਿੰਦੇ ਅਸੀਂ ਸਿਗਰਟਾਂ ਬੀੜੀਆਂ ਦਾ ਚਲਾਨ ਕੱਟਣ ਆਏ ਹੈਗੇ ਹਾਂ, ਤੇ ਉਹ ਅੰਦਰ ਬਾਹਰ ਸਾਰੇ ਕਿਤੇ ਤਲਾਸ਼ੀ ਜੀ ਕਰਨ ਲੱਗ ਗਏ। ਮੈਂ ਸਾਡਾ ਪਿੱਛੇ ਹੀ ਘਰ ਹੈਗਾ ਤੇ ਮੈਂ ਅੰਦਰ ਰੋਟੀ ਸਬਜ਼ੀ ਬਣਾ ਰਹੀ ਸੀਗੀ ਤੇ ਉਹ ਅੰਦਰ ਨੂੰ ਝਾਤੀਆਂ ਜਿਹੀਆਂ ਮਾਰਨ ਲੱਗ ਗਿਆ ਉਹਨਾਂ 'ਚ ਇੱਕ ਬੰਦਾ, ਤੇ ਬਸ ਇੱਥੋਂ ਥੋੜ੍ਹੀ ਜਿਹੀ ਗੱਲ ਵੱਧ ਗਈ ਤੇ ਹੱਥੋਂ ਪਾਈ ਜੀ ਹੋਣ ਲੱਗ ਗਈ। ਤੁਹਾਡੇ ਘਰ ਦੇ ਵਿੱਚ ਹੀ ਦੁਕਾਨ ਹੈ? ਹਾਂਜੀ ਹਾਂਜੀ, ਅਸੀਂ ਦੋਨੇ ਮੈਂ ਮੇਰਾ ਹਸਬੈਂਡ ਦੋਨੇ ਦੁਕਾਨ ਤੇ ਬੈਠਦੇ ਹਾਂ, ਜਾਂ ਤਾਂ ਮੈਂ ਹੀ ਦੁਕਾਨ ਤੇ ਬੈਠੀ ਹੋਈ ਹੈਗੀ ਹੈ, ਇਹ ਤਾਂ ਕਿਤੇ ਕਿਤੇ ਦੁਕਾਨ ਤੇ ਬੈਠਦੇ ਹੈਗੇ ਹਾਂ। ਘਰ ਦੇ ਵਿੱਚੋਂ ਹੀ ਰਸਤਾ? ਦੁਕਾਨ ਦੇ ਵਿੱਚੋਂ ਹੀ ਰਸਤਾ? ਦੁਕਾਨ ਦੇ ਵਿੱਚੋਂ ਹੀ ਰਸਤਾ ਜੀ। ਹਾਂਜੀ, ਅੰਦਰ ਹੀ ਰੋਟੀ ਸਬਜ਼ੀ ਬਣਾਉਂਦੀ ਰਹੀ ਸੀ ਉਦੋਂ। ਕਿੰਨੇ ਜਣੇ ਸੀ ਟੋਟਲ? ਟੋਟਲ ਉਹ 4 ਜਣੇ ਸੀਗੇ। ਕਿਹੜੀ ਗੱਡੀ ਤੇ ਆਏ ਸੀ? ਕਿਹੜੀ? ਕੋਈ ਗੱਡੀ ਤੇ ਨਹੀਂ ਆਏ, ਮੋਟਰਸਾਈਕਲਾਂ ਤੇ ਆਏ ਸੀ, ਦੋ ਬਾਈਕ ਸੀ ਉਹਨਾਂ ਕੋਲ। ਪੁੱਛਿਆ ਤੁਸੀਂ ਕੌਣ ਹੋ ਕੌਣ ਨਹੀਂ? ਪੁੱਛਿਆ ਸੀ ਇਹਨਾਂ ਤੇ, ਕਦੇ ਚਲਾਨ ਕੱਟਣ ਆਏ ਸਿੰਟਾ ਬੀੜੀਆਂ ਦਾ। ਕੀ ਮੰਗ ਕਰਦੇ ਹੋ? ਬਸ ਅਸੀਂ ਕਹਿੰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਨਿਆਂ ਦਿੱਤਾ ਜਾਵੇ ਤੇ ਇਹਨਾਂ ਵੱਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ। ਇਹ 4 ਜਣੇ ਆਏ ਸੀਗੇ ਜੀ, ਜਿਹੜੇ ਮੋਟਰਸਾਈਕਲਾਂ ਤੇ ਆਏ ਆ ਤੇ ਅੰਦਰ ਆ ਕੇ ਮੈਂ ਇੱਥੇ ਬੈਠਾ ਸੀਗਾ, ਮੈਨੂੰ ਕਹਿੰਦੇ ਵੀ ਬੀੜੀਆਂ ਰੱਖਦੇ ਆ? ਮੈਂ ਕਿਹਾ ਹਾਂਜੀ ਹੁੰਦੀਆਂ ਜੀ। ਕਹਿੰਦੇ ਯਾਰ ਬੀੜੀਆਂ ਉਹ ਸ਼ਿਖਰ ਵੀ ਟੰਗਿਆ ਪਿਆ ਤੁਹਾਡਾ, ਫਿਰ ਚਲਾਨ ਹੋਊਗਾ। ਮੈਂ ਜਨਾਬ ਸਾਰਾ ਬਾਜ਼ਾਰ ਹੀ ਰੱਖਦਾ, ਕਰੋੜਾਂ ਰੁਪਈਆ ਦੀਆਂ ਰੱਖੀ ਜਾਂਦੇ ਆ, ਮੇਰੀ ਦੁਕਾਨ ਤੇ ਕਿਹੜਾ ਕੋਈ ਗਾਹਕ ਖੜਾ, ਬਾਕੀ ਤੁਸੀਂ ਕਿੱਥੋਂ ਆਏ ਹੈਗੇ ਆ? ਕਹਿੰਦਾ ਅਸੀਂ ਕਿਤੋਂ ਵੀ ਆਏ ਹਾਂ, ਤੂੰ ਕੀ ਲੈਣਾ ਇਸ ਗੱਲ ਤੋਂ, ਤੂੰ ਆਪਦੀ ਗੱਲ ਕਰ, ਤੂੰ ਆ ਬੀੜੀਆਂ ਰੱਖੀਆਂ। ਮੈਂ ਕਿਹਾ ਜੀ ਫਿਰ ਹੁਣ ਇਹਦਾ ਕੀ ਹੱਲ ਆ ਜੀ? ਕਹਿੰਦੇ ਇਹਦਾ ਚਲਾਨ ਹੋਊਗਾ।
ਮੈਂ ਕਿੰਨਾ ਕੁ ਹੋਊਗਾ? ਕਹਿੰਦੇ ਹੋਊਗਾ ਜਿਹੜਾ ਵੀ ਤੈਨੂੰ ਦੱਸ ਦਿੰਦੇ ਆ। ਮੈਂ ਚਲੋ ਜਿਹੜਾ ਹੁੰਦਾ ਜੀ ਕਰ ਦੋ, ਮਾੜਾ ਮੋਟਾ ਗਰੀਬ ਬੰਦੇ ਆ ਜੀ, ਇੱਥੇ ਵੇਖ ਲਓ ਕਿੰਨਾ ਕੰਮ ਹੈ, ਰਾਤ ਵੀ ਨਹੀਂ ਖੜਾ ਹੈਗਾ ਨਾ ਅਸੀਂ ਕਿਸੇ ਨੂੰ ਜਵਾਕ ਜ਼ਿਲ੍ਹੇ ਨੂੰ ਤਾਂ ਅਸੀਂ ਵੇਚ ਦੇਵਾਂਗੇ 18 ਸਾਲ ਤੋਂ ਘੱਟ ਨੂੰ ਕਿਸੇ ਨੂੰ ਵੀ, ਸਾਡੇ ਬੈਨਰ ਵੀ ਲੱਗਿਆ ਹੋਇਆ। ਪਰ ਇਹ ਕਹਿੰਦੇ ਨਹੀਂ ਜੀ ਕੱਟਣਾ ਚਲਾਣ, ਮੈਂ ਕੱਟ ਦਊ ਜੀ। ਇਹਨਾਂ ਚੋਂ ਇੱਕ ਬੰਦੇ ਨੇ ਇੱਥੇ ਆਟੇ ਦਾ ਗੱਟਾ ਪਿਆ ਸੀ, ਉਹਦੇ ਉੱਤੇ ਲੱਤ ਰੱਖ ਕੇ ਖੜ ਗਿਆ ਜਿਵੇਂ ਬਦਮਾਸ਼ ਖੜਦੇ ਹੁੰਦੇ ਬਦਮਾਸ਼ ਤਰੀਕੇ ਨਾਲ। ਮੈਨੂੰ ਡਾਊਟ ਜਾ, ਮੈਂ ਇਹ ਬੰਦੇ ਪਤਾ ਨਹੀਂ ਕੌਣ ਹੈਗੇ ਯਾਰ, ਇਹ ਮੁਲਾਜ਼ਮ ਤਾਂ ਨਹੀਂ ਲੱਗਦੇ। ਮੈਂ ਕਿਹਾ ਸਰ ਕੋਈ ਆਈਡੀ ਕਾਰਡ ਤਾਂ ਵਿਖਾ ਦਿਓ। ਕਹਿੰਦਾ ਤੂੰ ਕੀ ਲੈਣਾ ਯਾਰ ਆਈਡੀ ਕਾਰਡ ਤੋਂ, ਮੈਨੂੰ ਰੋਧ ਨਾ ਬੋਲ। ਇੱਕ ਜਾਣਾ ਉਹਨਾਂ 'ਚ ਮੇਰੇ ਅੰਦਰ ਵੜ ਗਿਆ ਜੀ, ਇੱਧਰ ਮੇਰਾ ਘਰ ਆ ਜੀ, ਇੱਧਰਲੇ ਪਾਸੇ ਜਾ ਕੇ ਅੰਦਰ ਅਤੇ ਕਿਤੇ ਮੇਰੇ ਦਰਾਜ ਦੀ ਤਲਾਸ਼ੀ ਲਵੇ, ਕਿਤੇ ਮੇਰੇ ਕਾਊਂਟਰ ਦੀ ਤਲਾਸ਼ੀ ਲਵੇ, ਕਿਤੇ ਮੇਰੇ ਅੰਦਰ ਕੁੜੀਆਂ ਕੰਮ ਕਰੀ ਜਾਂਦੀਆਂ ਉੱਧਰ ਝਾਤੀਆਂ। ਇਹਨਾਂ ਨੇ ਪਰਦਾ ਕਰ ਲਿਆ, ਉਹਨੇ ਫਿਰ ਝਾਤ ਲਈਆਂ, ਪਰਦਾ ਪੜਾ ਕਰਕੇ ਮਾਰ ਲਿਆ। ਇਹ ਅੰਦਰੋਂ ਬੋਲੀਆਂ ਵੀ ਕੀ ਗੱਲ ਆ ਬਾਈ, ਉੱਧਰ ਜਾ ਕੇ ਚਲਾਂ ਚਲੂ ਜਿਹੜਾ ਕੱਟਣਾ ਹੈਗਾ, ਇੱਧਰ ਕਿਉਂ ਤੂੰ ਅੰਦਰ ਝਾਤੀ ਜਾਂਦਾ ਹੈਗਾ। ਇੰਨੇ 'ਚ ਮੈਂ ਜਦੋਂ ਵੇਖਿਆ ਤਾਂ ਮੈਂ ਵਿਰੋਧ ਕੀਤਾ ਜੀ, ਮੈਂ ਰੌਲਾ ਪਾ ਲਿਆ। ਮੈਂ ਕਿਹਾ ਕੀ ਗੱਲ ਆ ਵੀ, ਤੁਹਾਡਾ ਇੱਥੇ ਅੰਦਰ ਵੜਨ ਦਾ ਕੀ ਮਤਲਬ ਆ? ਤੁਸੀਂ ਝਾਤੀਆਂ ਮਾਰੀ ਜਾਂਦੇ ਸਾਡੇ ਘਰੇ ਹੈ? ਮੈਨੂੰ ਕਹਿੰਦੇ ਸਾਡਾ ਐਂ ਚੱਲਦਾ ਕੰਮ, ਤੇਰੇ ਵਰਗੇ ਇਹਨੂੰ ਤਾਂ ਅਸੀਂ ਉੱਥੇ ਕੋਰਟ 'ਚ ਮੁੜ ਕੇ ਘੜੀਸੀ ਕਰਦੇ ਹੁੰਦੇ ਹਾਂ। ਮੈਂ ਯਾਰ ਇਹ ਕੀ ਧੱਕਾ ਆਇਆ ਤੁਹਾਡਾ ਹੈ? ਮੈਂ ਆਹ ਕੈਮਰੇ ਲੱਗਿਆ ਸਾਰਾ ਕੁਝ ਨੋਟ ਹੋਈ ਜਾਂਦਾ। ਮੈਂ ਮੋਬਾਈਲ ਕੱਢਿਆ ਜੀ ਅਤੇ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਿਆ ਵੀ ਇਹ ਮੇਰੇ ਘਰੇ ਕਿਉਂ ਵੜਿਆ ਅਤੇ ਪਤਾ ਨਹੀਂ ਕੌਣ ਹੈਗੇ ਆ। ਇਸ ਤਰੀਕੇ ਨਾਲ ਤਾਂ ਸਰਕਾਰੀ ਮੁਲਾਜ਼ਮ ਤਾਂ ਕੋਈ ਕਰਦਾ ਹੀ ਨਹੀਂ ਗਾ ਜੀ। ਅਤੇ ਮੈਂ ਜਦੋਂ ਵੀਡੀਓ ਬਣਾਉਣ ਲੱਗ ਪਿਆ ਅਤੇ ਉਹਨਾਂ ਨੇ ਵੀ ਮੋਬਾਈਲ ਕੱਢਿਆ, ਇੱਕ ਜੋ ਜਿਹੜੇ ਸਰਦਾਰ ਜੀ ਆ ਉਹਨਾਂ ਨੇ ਮੋਬਾਈਲ ਕੱਢ ਕੇ ਮੇਰੇ ਬੱਚਿਆਂ ਦੀ ਵੀਡੀਓ ਬਣਾਉਣ ਲੱਗ ਪਿਆ। ਅਤੇ ਮੈਨੂੰ ਗੁੱਸਾ ਆਇਆ ਵੀ ਤੂੰ ਮੇਰੇ ਘਰੇ ਕਿਉਂ ਵੀਡੀਓ ਬਣਾਏਗਾ ਵੀ ਮੈਂ ਉਹਦਾ ਮੋਬਾਈਲ ਖੋਇਆ ਜੀ। ਉਹ ਕੈਮਰੇ ਵੀਡੀਓ ਦੇ ਵਿੱਚ ਉਵੇਂ ਹੈਗਾ, ਮੈਂ ਮੋਬਾਈਲ ਖੋਲਿਆ ਜੀ, ਜਦੋਂ ਉਹਦਾ ਮੋਬਾਈਲ ਖੋਇਆ ਉਹਨੇ ਮੇਰੇ ਉੱਤੇ ਹਮਲਾ ਕਰਤਾ, ਮੇਰੇ ਲੱਫੜ ਮਾਰਿਆ ਜੀ ਉਹਨੇ। ਜਦੋਂ ਲੱਫੜ ਮਾਰਿਆ ਜੀ ਫਿਰ ਵੇਖੋ ਹੁਣ ਮੈਂ ਆਪਦੇ ਘਰੇ ਖੜਾ ਸੀ, ਹੱਥੋਂ ਪਾਈ ਹੋ ਗਈ, ਇੱਕ ਦੂਜੇ ਨਾਲ ਗਲਮੋ ਗਲਮੀ ਹੋ ਗਏ, ਮੇਰੇ ਵੀ ਦੋ ਤਿੰਨ ਥਾਂ 'ਤੇ ਸੱਟਾਂ ਵੱਜੀਆਂ, ਇੱਥੇ ਵੱਜੀ, ਬੁੱਲ 'ਤੇ ਵੱਜੀ, ਇੱਥੇ ਵੱਜੀ, ਆਹ ਮੇਰਾ ਗੋਡ ਢਿੱਲਿਆ ਪਿਆ ਹੈਗਾ। ਅਤੇ ਮੈਂ ਇਸ ਗੱਲ 'ਤੇ ਅਸੀਂ ਵਾਹਵਾ ਹੋਈ, ਮੁੜ ਕੇ ਉਹ ਬਾਹਰ ਭੱਜ ਗਈ। ਦੋ ਜਣੇ ਜਿਹੜੇ ਰਹਿ ਗਏ ਸੀ ਉਹ ਕਹਿੰਦੇ ਯਾਰ ਬਾਈ ਮੋਬਾਈਲ ਦੇ ਦੋ ਇਹਦਾ, ਇਹਦਾ ਬਾਹਰ ਦੇ ਸੀ, ਇਹਨਾਂ ਨੂੰ ਪਤਾ ਨਹੀਂ ਸੀ ਇਹ ਸ਼ੇਰੇ ਵਾਲੇ ਤੋਂ ਆਏ ਸੀ। ਮੈਂ ਬਾਈ ਜੀ ਸ਼ੇਰੇ ਵਾਲੇ ਤੋਂ ਆਏ ਸੀ, ਕੌਣ ਸੀ ਇਹ ਮੈਨੂੰ ਇਹ ਤਾਂ ਦੱਸੋ? ਕਹਿੰਦੇ ਹੈ ਤਾਂ ਸਾਡੇ ਮੁਲਾਜ਼ਮ ਹੀ ਪਰ ਸਾਡੇ ਨਾਲ ਕਈ ਵਾਰੀ ਆ ਜਾਂਦੇ ਉਹੀ ਚੱਲ। ਅਤੇ ਮੈਂ ਕਿਹਾ ਯਾਰ ਫਿਰ ਤੁਹਾਡੇ ਕੋਲ ਕੋਈ ਆਈ ਡੀ ਕਾਰਡ ਨਹੀਂ, ਕੋਈ ਪਰੂਫ ਨਹੀਂ, ਤੁਸੀਂ ਹੈਗੇ ਕੌਣ ਆ? ਮੈਨੂੰ ਹੁਣ ਕੀ ਪਤਾ, ਤੁਸੀਂ ਤਾਂ ਆ ਕੇ ਮੇਰੀ ਦੁਕਾਨ 'ਤੇ ਹਮਲਾ ਕਰਤਾ ਪੂਰਾ। ਇਹਨਾਂ ਨੇ ਸਾਡੇ ਨਾਲ ਪੂਰੀ ਧੱਕੇਸ਼ਾਹੀ ਕੀਤੀ ਜੀ। ਕਿਰਪਾ ਕਰਕੇ ਪ੍ਰਸ਼ਾਸਨ ਮੂਹਰੇ ਇੱਕੋ ਬੇਨਤੀ ਆ, ਇਹਨਾਂ ਨੇ ਇੱਕ ਵੀਡੀਓ ਪਵਾਈ ਹੈਗੀ ਆ, ਉਹਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਾਡੀਆਂ ਸਾਰੀਆਂ ਇੱਥੇ ਕੈਮਰਿਆਂ ਦੀਆਂ ਵੀਡੀਓ ਚੈੱਕ ਕੀਤੀਆਂ ਜਾਣ ਅਤੇ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਚਲਾਨ ਕੱਟਿਆ ਤੁਹਾਡਾ ਕੋਈ? ਨਾ ਕੋਈ ਚਲਾਨ ਨਹੀਂ ਕੱਟਿਆ ਜੀ, ਬਸ ਚਲਾਨ ਬੁੱਕ 'ਤੇ ਲਿਖੀ ਜਾਂਦੇ ਸੀਗੇ, ਇੱਕ ਪਾਸੋਂ ਲਿਖੀ ਜਾਂਦਾ ਇੱਕ ਪਾਸੋਂ ਸਾਡੇ ਅੰਦਰ ਵੜੀ ਜਾਂਦਾ। ਇਸ ਗੱਲ 'ਤੇ ਸਾਡਾ ਰੌਲਾ ਪੈ ਗਿਆ ਜੀ ਵੀ ਤੂੰ ਸਾਡੇ ਅੰਦਰ ਕਿਉਂ ਵੜੀ ਜਾਂਦਾ ਵੀ, ਜਦੋਂ ਤੂੰ ਕਹਿਦਾ ਬੀੜੀਆਂ ਹੈਗੀਆਂ, ਬੀੜੀਆਂ ਦਾ ਚਲਾਨ ਕੱਢ ਦੇ ਜਿਹੜਾ ਵੀ ਬਣਦਾ। ਤੇ ਚਲਾਨ ਕੋਈ ਦੇ ਕੇ ਨਹੀਂ ਗਏ ਫਿਰ? ਕੋਈ ਚਲਾਨ ਨਹੀਂ ਦੇ ਕੇ ਗਏ ਜੀ ਮੈਨੂੰ, ਕੋਈ ਚਲਾਨ ਨਹੀਂ ਦਿੱਤਾ ਗਾ, ਸਗੋਂ ਧੱਕੇਸ਼ਾਹੀ ਕਰਕੇ ਤੇ ਆਪਦਾ ਭੱਜ ਗਏ। ਕੀ ਨਾਮ ਹੈ ਤੁਹਾਡਾ? ਸੁਖਵਿੰਦਰ ਸਿੰਘ ਮੇਰਾ ਨਾਂ ਜੀ, ਹੈਲਥ ਇੰਸਪੈਕਟਰ ਹੈ ਚੱਕ ਸ਼ੇਰੇ ਵਾਲੇ ਤੋਂ। ਸਾਡੀ ਡਿਊਟੀ ਲੱਗਦੀ ਹੈ 2003 ਦੇ ਐਕਟ ਦੇ ਅਧੀਨ, ਜਿਹੜੇ ਅਸੀਂ ਜੁਰਮਾਨਾ ਕਰਨਾ ਹੁੰਦਾ ਕੋਟਾਪਾ ਕੋਟਪਾ ਦੇ ਅਧੀਨ, ਉਹਦੇ ਸੰਬੰਧ 'ਚ ਅਸੀਂ ਗਏ ਸੀਗੇ। ਜਦੋਂ ਉਹਦੀ ਦੁਕਾਨ 'ਚ ਵੜੇ ਅਸੀਂ ਉਹਨੂੰ ਪੁੱਛਿਆ ਵੀ ਭਾਈ ਜੇ ਕੋਈ ਤੇਰੇ ਕੋਲ ਤੰਬਾਕੂ ਵਾਲੀਆਂ ਚੀਜ਼ਾਂ ਕੋਈ ਹੈ ਕਿ ਨਹੀਂ ਹੈ? ਉਹ ਕਹਿੰਦਾ ਮੇਰੇ ਕੋਲ ਹੈ ਨਹੀਂ। ਅਸੀਂ ਉਹਨੂੰ ਦੱਸਿਆ ਵੀ ਜਾ ਕੇ ਬਕਾਇਦਾ ਅਸੀਂ ਸਿਹਤ ਵਿਭਾਗ ਵੱਲੋਂ ਆਏ ਹਾਂ, ਅਤੇ ਜਦੋਂ ਉਹਨੇ ਕਹਿੰਦਾ ਵੀ ਮੇਰੇ ਕੋਲ ਕੁਛ ਨਹੀਂ ਗਾ, ਅਤੇ ਮੈਂ ਉਹਨੇ ਨਾਲ ਐਂ ਸਾਈਡ ਤੋਂ ਕਾਊਂਟਰ ਤੋਂ ਹੋ ਗਈ ਡੱਬੀਆਂ ਚੱਕ ਲਈਆਂ। ਕਹਿੰਦਾ ਇਹ ਤਾਂ ਮੈਂ ਆਪ ਪੀਂਦਾ। ਮੈਂ 4-5 ਹੋਰ ਚੱਕ ਲਈਆਂ, ਮੈਂ ਕਿਹਾ 7-8 ਇੰਨੀਆਂ ਤਾਂ ਨਹੀਂ ਪੀਂਦਾ ਕਿ, ਅਤੇ ਕਹਿੰਦਾ ਉਹ ਨਾ ਬੋਲਿਆ। ਮੈਂ ਅਗਲੇ ਪਾਸੇ ਐਂ ਕਾਊਂਟਰ ਦੇ ਘੁੰਮ ਕੇ ਉਹਨਾਂ ਦੇ ਘਰ ਵੱਲੀ ਮੈਂ ਦੇਖਿਆ ਵੀ ਨਹੀਂ, ਜਿਹੜੇ ਪਾਸੇ ਉਹ ਪਰਦਿਆਂ ਦੀ ਗੱਲ ਕਰਦਾ ਹੈ ਉਸ ਪਾਸੇ ਐਂ ਮੈਂ ਐਂ ਘੁੰਮਦਾ। ਵੀਡੀਓ ਵੀ ਉਹਦੀਆਂ ਬਣੀਆਂ, ਉਹਦੇ ਅੰਦਰ ਕੈਮਰਾ ਵੀ ਲੱਗਿਆ ਹੋਇਆ, ਅਸੀਂ ਉਹਦੀ ਕੋਈ ਵੀਡੀਓ ਨਹੀਂ ਬਣਾਈ ਉਸ ਟਾਈਮ। ਐਂ ਘੁੰਮ ਕੇ ਮੈਂ ਮੰਡਲ ਚੁੱਕ ਲੈਂਦਾ, ਇੰਨੇ ਸਾਰੇ ਪਏ ਆ। ਮੈਂ ਕਿਹਾ ਯਾਰ ਤੂੰ ਤਾਂ ਦੁਕਾਨ ਤਾਂ ਸਾਰੀ ਭਰੀ ਬੈਠਾ, ਅਜੇ ਕਹਿੰਦਾ ਮੈਂ ਵੇਚਦਾ ਨਹੀਂ। ਚਲ ਉਹ ਉੱਠਦਾ ਜਾਂਦਾ, ਕਹਿੰਦਾ ਤੇਰੀ ਹਿੰਮਤ ਕਿਵੇਂ ਪਈ ਇੱਧਰ ਆ ਕੇ ਦੇਖਣ ਦੀ? ਮੈਂ ਕਿਹਾ ਤੂੰ ਆਪ ਹੀ ਦੱਸ ਦੇ ਸਾਨੂੰ ਚਲਾਣ ਕਢਾ ਤੇ ਅਸੀਂ ਜਾਣ ਵਾਲੇ ਬਣੀਏ।
ਤੇ ਮੁੜ ਕੇ ਉਹ ਕਹਿੰਦਾ ਆ ਪਿਆ ਸਾਰਾ ਕੁਝ ਚੱਕ ਕੇ ਉਹਨੇ ਸਾਡੇ ਸਾਰੇ ਸਾਹਮਣੇ ਛੱਡਤਾ, ਜਾਂ ਮੇਰਾ ਕੁਛ ਕਰਨਾ ਕਰ ਲਓ, ਚਾਹੇ ਪੁਲਿਸ ਕਰ ਲਈ, ਤੁਹਾਡਾ ਮਹਿਕਮਾ ਕਰ ਲਈ, ਮੈਂ ਤਾਂ ਇਵੇਂ ਵੇਚੂਗਾ ਤੇ ਪਹਿਲਾਂ ਤੋਂ ਵੇਚਦਾ ਹੀ ਆਇਆ। ਮੈਂ ਕਿਹਾ ਚਲੋ ਜਿਹੜਾ ਸਾਥੋਂ ਹੋਈ ਕਾਰਵਾਈ ਅਸੀਂ ਕਰ ਲਾਂਗੇ। ਅਸੀਂ ਮੁੜ ਕੇ ਤੁਰਨ ਲੱਗੇ ਹਾਂ, ਉਹਨੇ ਉਹਦਾ ਕੁੱਤਾ ਛੱਡਤਾ, ਭੱਜ ਕੇ ਉਹਦੀਆਂ ਦੋ ਲੇਡੀਜ਼ ਬਾਹਰ ਆ ਗਈਆਂ, ਉਹ ਬਾਅਦ 'ਚ ਦੁਕਾਨ ਦੇ ਵਿੱਚ ਬਾਅਦ ਆਈਆਂ, ਨਾਲ ਉਹਦਾ ਮੁੰਡਾ ਵੀ ਆਇਆ। ਉਸ ਤੋਂ ਬਾਅਦ ਅਸੀਂ ਜਦੋਂ ਤੁਰਨ ਲੱਗੇ ਉਹ ਸਾਡੇ ਨਾਲ ਹੱਥੋਂਪਾਈ ਹੋ ਗਏ, ਕਦੇ ਸਾਨੂੰ ਕੁੱਤਾ ਵੱਢਣ ਪੈ ਜੇ, ਕਦੇ ਕੁਛ। ਫਿਰ ਉਹਨੇ ਬਾਅਦ 'ਚ ਜਦੋਂ ਰਾੜ ਕਹਿੰਦੇ ਮੰਗ, ਅਸੀਂ ਇਹ ਕਰਦੇ ਹਾਂ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਆਪਦੇ ਯੂਨੀਅਨ ਦੇ ਨਾਲ ਸਾਡੀ ਗੱਲਬਾਤ ਹੋ ਗਈ ਹੈ ਤੇ ਫਿਰ ਅਸੀਂ ਧਰਨਾ ਵੀ ਲਾਵਾਂਗੇ ਜਿੱਥੋਂ ਤੱਕ ਸਾਨੂੰ ਜਾਣਾ ਪਿਆ। ਹੋ ਸਕਦਾ ਸਾਨੂੰ ਜੇ ਕੰਮ ਵੀ ਬੰਦ ਕਰਨੇ ਪਏ ਬਲਾਕ ਲੈਵਲ ਤੇ, ਜ਼ਿਲ੍ਹੇ ਲੈਵਲ ਤੇ, ਪੰਜਾਬ ਲੈਵਲ ਤੇ, ਫਿਰ ਅਸੀਂ ਬੰਦ ਕਰ। ਇਹ ਦਰਖਾਸਤਾਂ ਵਸੂਲ ਹੋਈਆਂ ਜੀ, ਇਸ ਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਹੈ ਸਿਹਤ ਮਹਿਕਮੇ ਦੇ ਕਰਮਚਾਰੀਆਂ ਤੋਂ, ਜਿਹੜੇ ਕੋਈ ਸਿਗਰਟ ਕੰਜ਼ਪਸ਼ਨ ਟੋਬੈਕੋ ਚੈੱਕ ਦੇ ਸੰਬੰਧ ਦੇ ਵਿੱਚ ਚੈਕਿੰਗ ਵਗੈਰਾ ਕਰਨ ਗਈ ਸੀਗੀ। ਉੱਥੇ ਉਹਨਾਂ ਵੱਲੋਂ ਦਰਖਾਸਤ ਆਈ ਹੈ ਕਿ ਜਿਹੜੇ ਦੁਕਾਨਦਾਰ ਦੇ ਉਹ ਚੈਕਿੰਗ ਕਰਨ ਗਏ ਸੀ, ਉਸ ਦੁਕਾਨਦਾਰ ਵੱਲੋਂ ਉਹਨਾਂ ਨਾਲ ਮਿਸਬਿਹੇਵ ਕੀਤਾ ਗਿਆ ਸੀ। ਦੋਨੇ ਧਿਰਾਂ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਗਈ ਹੈ, ਦੂਜੇ ਨੇ ਕੀ ਦੋਸ਼ ਲਾਇਆ ਜੀ? ਦੂਜੇ ਨੇ ਦੋਸ਼ ਲਾਇਆ ਜੀ ਕਿ ਇਹ ਅਣਅਧਿਕਾਰਿਕ ਤੌਰ 'ਤੇ ਸਾਡੀ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਅਤੇ ਇਹਨਾਂ ਨੇ ਸਾਡੇ ਨਾਲ ਮਿਸਬਿਹੇਵ ਕੀਤਾ। ਦੋ ਦਰਖਾਸਤਾਂ ਸਰ, ਪੁਲਿਸ ਹੁਣ ਕੀ ਕਰ ਰਹੀ ਹੈ ਦੋਵਾਂ ਚੀਜ਼? ਦਰਖਾਸਤਾਂ ਦੀ ਪੜਤਾਲ 'ਚ ਹੋ ਰਹੀ ਹੈ ਜੀ, ਪੜਤਾਲ ਦੌਰਾਨ ਜੇ ਅਸੀਂ ਸਬੂਤ ਹੋ ਗਈ ਵੈਸੇ ਕਰ ਰਹੀ ਹੈ। ਥੈਂਕ ਯੂ।